ਅੱਜ ਅਸੀਂ ਜੀ ਸ਼੍ਰੀ ਗੁਰਦਾਸਪੁਰ ਸਾਹਿਬ ਕੋਰੀਡੋਰ ਦੇ ਦਰਸ਼ਨ ਸਥਲ ਤੇ ਖੜੇ ਆ। ਜਿਵੇਂ ਕਿ ਸਾਰਿਆਂ ਨੂੰ ਪਤਾ ਕਿ ਪਰਸੋਂ ਸ਼ਾਮ ਨੂੰ ਇਹ ਡਿਸੀਜਨ ਲਿਆ ਗਿਆ ਸੀ ਕਿ ਕਰਤਾਰਪੁਰ ਸਾਹਿਬ ਗੁਰਦੁਆਰਾ ਜੀ ਦੀ ਜਿਹੜੀ ਯਾਤਰਾ ਸਰਦਾਰਿਆਂ ਲਈ 3 ਦਿਨਾਂ ਲਈ ਰੋਕੀ ਗਈ ਸੀ। ਅੱਜ ਮੇਰੇ ਵੱਲੋਂ LPIA ਦੇ ਮੈਨੇਜਰ ਸਾਹਿਬ, BSF ਦੇ ਕਮਾਂਡੈਂਟ ਸਾਹਿਬ, ਸਾਡੇ PWD NHAI ਦੇ ਆਫੀਸ਼ੀਅਲਸ ਤੇ ਬਾਕੀ ਜਿਹੜੇ ਰੈਵਨਿਊ ਦੇ ਪੰਚਾਇਤੀ ਰਾਜ ਦੇ ਆਫੀਸ਼ੀਅਲਸ ਨਾਲ ਦੁਬਾਰਾ ਸਾਰਾ ਦੌਰਾ ਕਰਕੇ ਇਸ ਨੂੰ ਅਸੈਸ ਕੀਤਾ ਗਿਆ ਸਾਰੀ ਸਥਿਤੀ ਨੂੰ। ਇਹ ਪਾਇਆ ਗਿਆ ਕਿ ਹਜੇ ਵੀ ਜਿਹੜਾ ਪਾਣੀ ਹੈਗਾ ਤੁਸੀਂ ਬੰਦੇ ਲਾਗੇ ਤੁਸੀਂ ਦੇਖ ਸਕਦੇ ਹੋ ਕਾਫੀ ਮਾਤਰਾ ਦੇ ਵਿੱਚ ਖੜ੍ਹਾ ਅਤੇ ਇਹਦੇ ਪਾਣੀ ਦੇ ਇੰਪੈਕਟ ਨਾਲ ਜਿਹੜੀ ਪਲਾਂਘੇ ਨੂੰ ਜਾਂਦੀ ਸੜਕ ਹੈ ਉਹ ਵੀ ਕਾਫੀ ਹੱਦ ਤੱਕ ਡੈਮੇਜ ਹੋਈ ਹੈ। ਇਹ ਸੋਚਣ ਵਾਲੀ ਗੱਲ ਹੈ ਕਿ ਇਹ ਜਿਹੜਾ ਪਾਣੀ ਹੈ ਇਹ ਰਾਵੀ ਨਦੀ ਤੋਂ ਟੋਪਲ ਕਰਕੇ ਓਵਰਫਲੋ ਕਰਕੇ ਸਾਡੇ ਵੱਲ ਆਇਆ ਸੀ, ਇਹਦੇ ਨਾਲ ਜਿਹੜਾ ਕਾਫੀ ਨੁਕਸਾਨ ਹੋਇਆ ਅਤੇ ਦੂਜੀ ਸਾਈਡ ਪਾਕਿਸਤਾਨ ਵਾਲੀ ਸਾਈਡ ਕਿੰਨਾ ਕੁ ਨੁਕਸਾਨ ਹੋਇਆ ਇਹ ਅਸੀਂ ਰਿਕੁਐਸਟ ਕੀਤੀ ਸੀ ਥਰੂ BSF ਓਫੀਸ਼ੀਅਲ ਦੁਪਹਿਰ ਸਵੇਰੇ ਦੁਪਹਿਰ ਦੇ ਵਿੱਚ ਕਿ ਸਾਨੂੰ ਦੱਸਿਆ ਜਾਵੇ। ਉਹ ਹਜੇ ਤੱਕ ਉਹਨਾਂ ਵੱਲੋਂ ਜਿਹੜੀ ਰਿਪੋਰਟ ਆਉਣੀ ਹੈ ਉਹ ਬਾਕੀ ਹੈ। ਇੱਕ ਵਾਰੀ ਉਹਨਾਂ ਤੋਂ ਸਾਨੂੰ ਕੋਈ ਰਿਪੋਰਟ ਮਿਲਦੀ ਹੈ ਜਾਂ ਇੰਸ਼ੋਰੈਂਸ ਮਿਲਦੀ ਹੈ ਕਿ ਉਹਨਾਂ ਦੇ ਸਾਈਡ ਸੜਕ ਅਤੇ ਬ੍ਰਿਜ ਦਾ ਕੰਮ ਪੂਰਾ ਹੋ ਚੁੱਕਿਆ, ਕੋਈ ਉੱਥੇ ਡੈਮੇਜ ਨਹੀਂ ਹੋਇਆ, ਅਤੇ ਅਸੀਂ ਇਸ 'ਤੇ ਸੋਮਵਾਰ ਨੂੰ ਵਿਚਾਰ ਕਰਾਂਗੇ ਕਿਉਂਕਿ ਅਗਲੇ 2 ਦਿਨ ਵੀ ਇਸ ਏਰੀਆ ਦੇ ਵਿੱਚ ਕਾਫੀ ਭਾਰੀ ਮੀਂਹ ਦੀ ਜਿਹੜੀ ਸੰਭਾਵਨਾ ਹੈ ਇਹ ਸਾਨੂੰ ਰਿਪੋਰਟ ਮਿਲ ਚੁੱਕੀ ਹੈ। ਤਾਂ ਅਸੀਂ ਨਹੀਂ ਚਾਹੁੰਦੇ ਕਿ ਯਾਤਰੀਆਂ ਨੂੰ, ਸ਼ਰਧਾਲੂਆਂ ਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਇਨਕਨਵੀਨੀਅੰਸ ਹੋਵੇ, ਉਹਨਾਂ ਦੀ ਸੇਫਟੀ ਸਿਕਿਉਰਿਟੀ ਸਾਡੇ ਸਾਰਿਆਂ ਦਾ ਪ੍ਰਾਇਮਰੀ ਕੰਸਰਨ ਹੈ। ਇਸ ਕਰਕੇ ਫੈਸਲਾ ਲਿਆ ਗਿਆ ਕਿ ਅਗਲੇ 2 ਦਿਨਾਂ ਲਈ ਸੋਮਵਾਰ ਸ਼ਾਮ ਤੱਕ ਇਹ ਜਿਹੜੀ ਯਾਤਰਾ ਹੈ ਫਰਦਰ ਸਥਗਿਤ ਕੀਤੀ ਜਾਂਦੀ ਹੈ। ਸੋਮਵਾਰ ਸ਼ਾਮ ਨੂੰ ਜਦੋਂ ਤੱਕ ਸਾਨੂੰ ਸਾਰੀ ਰਿਪੋਰਟ ਵੀ ਮਿਲ ਜਾਣੀ ਹੈ ਅਤੇ ਜਿਹੜਾ ਥੋੜ੍ਹਾ ਬਹੁਤ ਡੈਮੇਜ ਹੋਇਆ ਉਸਨੂੰ ਵੀ ਅਸੀਂ ਠੀਕ ਕਰਵਾ ਲਾਂਗੇ, ਉਸ ਤੋਂ ਬਾਅਦ ਸੋਮਵਾਰ ਸ਼ਾਮ ਨੂੰ ਇਹ ਦੁਬਾਰਾ ਫੈਸਲਾ ਲਿਆ ਜਾਵੇਗਾ ਕਿ ਇਹ ਯਾਤਰਾ ਅੱਗੇ ਕਿੰਨੀ ਦੇਰ ਕਦੋਂ ਚਲਾਉਣੀ ਹੈ, ਕਿੰਨੀ ਦੇਰ ਤੱਕ ਫਰਦਰ ਡਿਲੇ ਕਰਨੀ ਹੈ। ਸੋ ਇਸ ਮੈਸੇਜ ਰਾਹੀਂ ਸਾਰੇ ਯਾਤਰੀਆਂ ਨੂੰ, ਸ਼ਰਧਾਲੂਆਂ ਨੂੰ ਮੈਂ ਰਿਕੁਐਸਟ ਕਰਾਂ ਕਿ ਅਗਲੇ 2 ਦਿਨ ਲਈ ਉਹਨਾਂ ਨੂੰ ਮੈਸੇਜ ਵੀ ਇਸ BOI ਵੱਲੋਂ, ਬਿਊਰੋ ਆਫ ਇਮੀਗ੍ਰੇਸ਼ਨ ਵੱਲੋਂ ਚਲਾ ਜਾਣਾ ਹੈਗਾ, ਪਰ ਮੇਰੇ ਵੱਲੋਂ ਵੀ ਰਿਕੁਐਸਟ ਹੈ ਕਿ ਉਹ ਆਪਣੀ ਯਾਤਰਾ 2 ਦਿਨ ਲਈ ਸਥਗਿਤ ਕਰਨ ਅਤੇ ਦੁਬਾਰਾ ਫਿਰ ਜਦੋਂ ਇਹ ਸਾਰੀ ਸਥਿਤੀ ਠੀਕ ਹੋ ਜਾਂਦੀ ਹੈ ਦੁਬਾਰਾ ਸ਼੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਆਉਣ। ਧੰਨਵਾਦ।